ਰੋਂਗਟੇ ਖੜੀ ਕਰ ਦੇਣ ਵਾਲੀਆਂ ਇੱਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿਸ ਵਿੱਚ ਇੱਕ ਸਕੂਟੀ ਦੇ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਈ ਹੈ। ਉਹ ਵੀ ਪੈਟਰੋਲ ਪੰਪ ਦੇ ਬਾਹਰ ਹੀ ਹਾਦਸਾ ਹੋਇਆ ਹੈ, ਜਿਸ ਕਰਕੇ ਇੱਥੇ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹਾਦਸਾ ਕੈਦ ਹੋ ਗਿਆ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਵੇਂ ਇੱਕ ਐਕਟਿਵਾ ਸਵਾਰ ਜੋ ਕਿ ਪਰਲੀ ਸਾਈਡ ਤੋਂ ਡਿਵਾਈਡਰ ਤੋਂ ਹੁੰਦਾ ਹੋਇਆ ਪੈਟਰੋਲ ਪੰਪ ਵੱਲ ਨੂੰ ਆ ਰਿਹਾ ਹੁੰਦਾ ਹੈ, ਤਾਂ ਉਧਰ ਹੀ ਸਾਹਮਣੇ ਆਉਂਦੀ ਇੱਕ ਬਾਈਕ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ, ਜ਼ੋਰ ਦੇ ਨਾਲ ਇਸ ਐਕਟਿਵਾ ਦੇ ਵਿੱਚ ਟੱਕਰ ਮਾਰਦੇ ਨੇ ਅਤੇ ਫਿਰ ਇਹਨਾਂ ਤੇ ਸਵਾਰ 5 ਨੌਜਵਾਨ ਹਵਾ 'ਚ ਉੱਛਲਦੇ ਨੇ ਤੇ ਜ਼ਮੀਨ ਤੇ ਡਿੱਗ ਜਾਂਦੇ ਨੇ। 5 ਨੌਜਵਾਨ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਹਾਦਸਾ ਸੂਰਤ ਦੇ ਵਿੱਚ ਵਾਪਰਿਆ ਹੈ, ਜਿੱਥੇ ਬਾਰਡੋਲੀ ਦੇ ਵਾੜੀ ਵਾਲਾ ਪੈਟਰੋਲ ਪੰਪ ਦੇ ਸਾਹਮਣੇ ਹੀ ਇੱਕ ਐਕਟਿਵਾ ਸਵਾਰ ਜੋ ਕਿ ਪਰਲੀ ਸਾਈਡ ਤੋਂ ਡਿਵਾਈਡਰ ਤੋਂ ਮੋੜ ਕੱਟ ਕੇ ਪੈਟਰੋਲ ਪੰਪ ਵੱਲ ਨੂੰ ਆਉਂਦਾ ਹੈ, ਤਾਂ ਉਧਰੋਂ ਦੂਜੇ ਪਾਸਿਓਂ ਸਾਹਮਣੇ ਆਉਂਦੀ ਇੱਕ ਤੇਜ਼ ਰਫ਼ਤਾਰ ਬਾਈਕ ਜਿਸ ਤੇ ਨੌਜਵਾਨ ਸਵਾਰ ਸਨ, ਉਹ ਇਸ ਐਕਟਿਵਾ ਦੇ ਨਾਲ ਜ਼ੋਰ ਨਾਲ ਟਕਰਾਉਂਦੀ ਹੈ। ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਸਾਰੇ ਹੀ ਐਕਟਿਵਾ ਸਵਾਰ ਮੋਟਰਸਾਈਕਲ ਸਵਾਰ ਹਵਾ 'ਚ ਉੱਛਲਦੇ ਨੇ ਤੇ ਜ਼ਮੀਨ ਤੇ ਡਿੱਗ ਜਾਂਦੇ ਨੇ ਤੇ ਕਾਫੀ ਦੂਰ ਤੱਕ ਜਾ ਕੇ ਡਿੱਗਦੇ ਨੇ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਉੱਥੇ ਇਕੱਠਾ ਹੋ ਜਾਂਦੇ ਨੇ ਤੇ ਭੱਜ ਕੇ ਉਹਨਾਂ ਨੌਜਵਾਨਾਂ ਨੂੰ ਚੁੱਕਦੇ ਨੇ, ਹਸਪਤਾਲ ਪਹੁੰਚਾਇਆ ਜਾਂਦਾ ਹੈ। 5 ਨੌਜਵਾਨ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੈਟਰੋਲ ਪੰਪ ਤੇ ਹੀ ਲੱਗੇ ਹੋਏ ਸੀਸੀਟੀਵੀ ਕੈਮਰੇ 'ਚ ਇਹ ਸਾਰਾ ਹਾਦਸਾ ਕੈਦ ਹੋਇਆ ਹੈ। ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰੋਂਗਟੇ ਖੜੀ ਕਰ ਦੇਣ ਵਾਲੀਆਂ ਇੱਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿਸ ਵਿੱਚ ਇੱਕ ਸਕੂਟੀ ਦੇ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਈ ਹੈ। ਉਹ ਵੀ ਪੈਟਰੋਲ ਪੰਪ ਦੇ ਬਾਹਰ ਹੀ ਹਾਦਸਾ ਹੋਇਆ ਹੈ, ਜਿਸ ਕਰਕੇ ਇੱਥੇ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹਾਦਸਾ ਕੈਦ ਹੋ ਗਿਆ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਵੇਂ ਇੱਕ ਐਕਟਿਵਾ ਸਵਾਰ ਜੋ ਕਿ ਪਰਲੀ ਸਾਈਡ ਤੋਂ ਡਿਵਾਈਡਰ ਤੋਂ ਹੁੰਦਾ ਹੋਇਆ ਪੈਟਰੋਲ ਪੰਪ ਵੱਲ ਨੂੰ ਆ ਰਿਹਾ ਹੁੰਦਾ ਹੈ, ਤਾਂ ਉਧਰ ਹੀ ਸਾਹਮਣੇ ਆਉਂਦੀ ਇੱਕ ਬਾਈਕ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ, ਜ਼ੋਰ ਦੇ ਨਾਲ ਇਸ ਐਕਟਿਵਾ ਦੇ ਵਿੱਚ ਟੱਕਰ ਮਾਰਦੇ ਨੇ ਅਤੇ ਫਿਰ ਇਹਨਾਂ ਤੇ ਸਵਾਰ 5 ਨੌਜਵਾਨ ਹਵਾ 'ਚ ਉੱਛਲਦੇ ਨੇ ਤੇ ਜ਼ਮੀਨ ਤੇ ਡਿੱਗ ਜਾਂਦੇ ਨੇ। 5 ਨੌਜਵਾਨ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਹਾਦਸਾ ਸੂਰਤ ਦੇ ਵਿੱਚ ਵਾਪਰਿਆ ਹੈ, ਜਿੱਥੇ ਬਾਰਡੋਲੀ ਦੇ ਵਾੜੀ ਵਾਲਾ ਪੈਟਰੋਲ ਪੰਪ ਦੇ ਸਾਹਮਣੇ ਹੀ ਇੱਕ ਐਕਟਿਵਾ ਸਵਾਰ ਜੋ ਕਿ ਪਰਲੀ ਸਾਈਡ ਤੋਂ ਡਿਵਾਈਡਰ ਤੋਂ ਮੋੜ ਕੱਟ ਕੇ ਪੈਟਰੋਲ ਪੰਪ ਵੱਲ ਨੂੰ ਆਉਂਦਾ ਹੈ, ਤਾਂ ਉਧਰੋਂ ਦੂਜੇ ਪਾਸਿਓਂ ਸਾਹਮਣੇ ਆਉਂਦੀ ਇੱਕ ਤੇਜ਼ ਰਫ਼ਤਾਰ ਬਾਈਕ ਜਿਸ ਤੇ ਨੌਜਵਾਨ ਸਵਾਰ ਸਨ, ਉਹ ਇਸ ਐਕਟਿਵਾ ਦੇ ਨਾਲ ਜ਼ੋਰ ਨਾਲ ਟਕਰਾਉਂਦੀ ਹੈ। ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਸਾਰੇ ਹੀ ਐਕਟਿਵਾ ਸਵਾਰ ਮੋਟਰਸਾਈਕਲ ਸਵਾਰ ਹਵਾ 'ਚ ਉੱਛਲਦੇ ਨੇ ਤੇ ਜ਼ਮੀਨ ਤੇ ਡਿੱਗ ਜਾਂਦੇ ਨੇ ਤੇ ਕਾਫੀ ਦੂਰ ਤੱਕ ਜਾ ਕੇ ਡਿੱਗਦੇ ਨੇ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਉੱਥੇ ਇਕੱਠਾ ਹੋ ਜਾਂਦੇ ਨੇ ਤੇ ਭੱਜ ਕੇ ਉਹਨਾਂ ਨੌਜਵਾਨਾਂ ਨੂੰ ਚੁੱਕਦੇ ਨੇ, ਹਸਪਤਾਲ ਪਹੁੰਚਾਇਆ ਜਾਂਦਾ ਹੈ। 5 ਨੌਜਵਾਨ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੈਟਰੋਲ ਪੰਪ ਤੇ ਹੀ ਲੱਗੇ ਹੋਏ ਸੀਸੀਟੀਵੀ ਕੈਮਰੇ 'ਚ ਇਹ ਸਾਰਾ ਹਾਦਸਾ ਕੈਦ ਹੋਇਆ ਹੈ। ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰੋਂਗਟੇ ਖੜੀ ਕਰ ਦੇਣ ਵਾਲੀਆਂ ਇੱਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿਸ ਵਿੱਚ ਇੱਕ ਸਕੂਟੀ ਦੇ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਈ ਹੈ। ਉਹ ਵੀ ਪੈਟਰੋਲ ਪੰਪ ਦੇ ਬਾਹਰ ਹੀ ਹਾਦਸਾ ਹੋਇਆ ਹੈ, ਜਿਸ ਕਰਕੇ ਇੱਥੇ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹਾਦਸਾ ਕੈਦ ਹੋ ਗਿਆ ਹੈ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਵੇਂ ਇੱਕ ਐਕਟਿਵਾ ਸਵਾਰ ਜੋ ਕਿ ਪਰਲੀ ਸਾਈਡ ਤੋਂ ਡਿਵਾਈਡਰ ਤੋਂ ਹੁੰਦਾ ਹੋਇਆ ਪੈਟਰੋਲ ਪੰਪ ਵੱਲ ਨੂੰ ਆ ਰਿਹਾ ਹੁੰਦਾ ਹੈ, ਤਾਂ ਉਧਰ ਹੀ
सामने आउंदी एक बाइक जो कि काफी तेज रफ्तार दे विच सी जोर दे नाल इस एक्टिवा दे विच टक्कर मारदे ने अते फिर इन्हां ते सवार पंज नौजवान हवा च उछलदे ने ते जमीन ते डिग जांदे ने। पंज नौजवान इस हादसे दे विच जख्मी होए ने जिन्हां दे विचों इक दी हालत गंभीर दसी जा रही है जो कि हस्पताल दे विच जेरे इलाज ने। हादसा सूरत दे विच वापरिया जिथे बारडोली दे वाड़ी वाला पेट्रोल पंप दे सामने ही एक एक्टिवा सवार जो के परली साइड तो डिवाइडर तो मोड़ कट के पेट्रोल पंप वाल नू आंदा है ता उधरो दूजे पासे सामने आंदी एक तेज रफ्तार बाइक जिस ते नौजवान सवार सन ओ इस एक्टिवा दे नाल जोर नाल टकराउंदी है। टक्कर इन्नी जोरदार हुंदी है कि सारे ही एक्टिवा सवार मोटरसाइकिल सवार हवा च उछलदे ने ते जमीन ते डिग जांदे ने ਤੇ ਕਾਫੀ ਦੂਰ ਤੱਕ ਜਾ ਕੇ ਡਿੱਗਦੇ ਨੇ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਉੱਥੇ ਇਕੱਠਾ ਹੋ ਜਾਂਦੇ ਨੇ ਤੇ ਭੱਜ ਕੇ ਉਹਨਾਂ ਨੌਜਵਾਨਾਂ ਨੂੰ ਚੁੱਕਦੇ ਨੇ ਹਸਪਤਾਲ ਪਹੁੰਚਾਇਆ ਜਾਂਦਾ ਹੈ। ਪੰਜ ਨੌਜਵਾਨ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੈਟਰੋਲ ਪੰਪ ਤੇ ਹੀ ਲੱਗੇ ਹੋਏ ਸੀਸੀਟੀਵੀ ਕੈਮਰੇ 'ਚ ਇਹ ਸਾਰਾ ਹਾਦਸਾ ਕੈਦ ਹੋਇਆ ਹੈ। ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।